ਸਸ਼ਕਾ ਮੈਮ। ਸਤਿ ਸ਼੍ਰੀ ਅਕਾਲ ਜੀ ਮੈਮ, ਤੁਸੀਂ ਕਿੱਥੋਂ ਆਏ ਹੋ ਜੀ? ਲੁਧਿਆਣੇ ਤੋਂ ਹੀ ਹਾਂ ਲੋਕਲੀ। ਮੈਮ ਅਕਸਰ ਦੇਖਿਆ ਜਾਂਦਾ ਕਿ ਡੌਗ ਸ਼ੋਜ਼ ਦੇ ਉੱਤੇ ਜ਼ਿਆਦਾਤਰ ਮੇਲ ਆਉਂਦੇ ਹੈਗੇ ਆ, ਤੇ ਤੁਹਾਨੂੰ ਕਿਵੇਂ ਸ਼ੌਂਕ ਪਿਆ ਤੇ ਤੁਸੀਂ ਆਪਣੇ ਡੌਗ ਨੂੰ ਇੱਥੇ ਲੈ ਕੇ ਆਏ? ਮੈਂ ਫਸਟ ਫੀਮੇਲ ਰੱਖੀ ਸੀ ਮੈਂ ਸਪਿਰਿਟਸ ਦੀ, ਉਹਦੇ ਤੋਂ ਹੌਲੀ 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 ਕਰਦੇ ਮੈਂ ਇੰਟਰਸਟ ਇੱਧਰ ਨੂੰ ਹੋ ਗਿਆ, ਤੇ ਤਾਂ ਕਰਕੇ ਮੈਂ ਹੁਣ ਮੇਰੇ ਕੋਲ ਹੈ ਅਰਾਊਂਡ 30 ਦੇ ਕਰੀਬ ਡੌਗ ਜੀ। ਤੇ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ 30 ਦੇ ਕਰੀਬ ਡੌਗਸ ਹੈਗੇ ਆ, ਤੇ ਸਾਰਿਆਂ ਦੀ ਦੇਖਭਾਲ ਕਰਨੀ ਤੁਹਾਨੂੰ ਮੁਸ਼ਕਲ ਤਾਂ ਨਹੀਂ ਲੱਗਦੀ ਹੈਗੀ ਜੀ? ਨਹੀਂ ਬਿਲਕੁਲ ਨਹੀਂ, ਸਾਰਾ ਦਿਨ ਮੇਰਾ ਡੌਗ ਦੇ ਵਿੱਚ ਨਿਕਲ ਜਾਂਦਾ ਆ। ਤੇ ਤੁਸੀਂ ਵੱਖ ਵੱਖ ਸ਼ੋਜ਼ ਤੇ ਵੀ ਜਾਂਦੇ ਹੈਗੇ ਆਪਣੇ ਡੌਗਸ ਨੂੰ ਲੈ ਕੇ? ਇਹ ਕੇਸੀ ਦੇ ਸ਼ੋਅ ਕਰਕੇ ਆਏ ਹਾਂ, ਕੱਲ੍ਹ ਵੀ ਕਰਕੇ ਆਏ, ਉੱਥੇ ਵਿਨ ਕਰਕੇ ਆਈ ਹੈ ਜੀ। ਹੁਣ ਤਾਂ ਕਿਹੜੇ ਕਿਹੜੇ ਸ਼ੋਜ਼ ਦੇ ਵਿੱਚ ਇਸਨੇ ਅਵਾਰਡ ਲੈ ਚੁੱਕੀ ਹੈ ਜੀ? ਇਹ ਇਸ ਸਾਲ ਦੇ ਆਲਮੋਸਟ ਸਾਰੇ ਹੀ ਸ਼ੋਅ ਵਿਨ ਕਰਕੇ ਆਈ ਹੈ, ਤੇ ਇਸ ਤੋਂ ਇਲਾਵਾ ਪਿਛਲੇ ਸਾਲ ਮੈਂ ਹੋਰ ਫੀਮੇਲ ਸੀ ਕਰੀਮ ਕਲਰ 'ਚ, ਉਹ ਉਤਾਰੀ ਸੀਗੀ, ਉਹਨੇ ਵਿਨ ਕਰਿਆ ਸੀ। ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਵੱਖ ਵੱਖ ਥਾਵਾਂ 'ਤੇ ਸ਼ੋਜ਼ 'ਤੇ ਜਾਂਦੇ ਹੈਗੇ ਹੋ, ਬਤੌਰ ਫੀਮੇਲ ਤੁਹਾਨੂੰ ਕਦੇ ਦਿੱਕਤ ਤਾਂ ਨਹੀਂ ਆਈ ਹੈਗੀ? ਕਿਉਂਕਿ ਜ਼ਿਆਦਾਤਰ ਦੇਖੀਏ ਤਾਂ ਮੇਲਸ ਜਿਹੜੇ ਹੈਗੇ ਆ ਡੌਗ ਸ਼ੋਅ ਦੇ ਵਿੱਚ ਆਉਂਦੇ ਆ, ਪਰ ਇਸ ਲਾਈਨ ਦੇ ਵਿੱਚ ਮੈਨੂੰ ਬਹੁਤ ਰਿਸਪੈਕਟ ਮਿਲੀ ਆ, ਬਹੁਤ ਜ਼ਿਆਦਾ, ਕਿਉਂਕਿ ਬਹੁਤ ਐਪਰੀਸ਼ੀਏਟ ਕਰਦੇ ਆ, ਜੱਜਿਸ ਵੀ ਕਰਦੇ ਆ, ਨਾਲ ਜਿਹੜੇ ਔਰ ਜੈਂਟਸ ਨੇ ਉਹ ਵੀ ਮੈਨੂੰ ਮਤਲਬ ਬਹੁਤ ਰਿਸਪੈਕਟ ਦਿੰਦੇ ਆ। ਮੈਨੂੰ ਕਦੇ ਫੀਲ ਨਹੀਂ ਹੋਇਆ ਵੀ ਮੈਂ ਲੇਡੀਜ਼ ਹਾਂ, ਵੀ ਮੈਂ ਕੰਮ ਕਰਦੀ ਹਾਂ, ਬਿਲਕੁਲ ਨਹੀਂ। ਆਦਰਸ਼ਕੋ ਵਾਕਈ ਕਹਿੰਦੇ ਹੈਗੇ ਕੋਈ ਵੀ ਖੇਤਰ ਜਿਹੜਾ ਹੈ ਔਰਤ ਜਾਂ ਮਰਦ ਦੇ ਲਈ ਨਿਰਧਾਰਤ ਨਹੀਂ ਹੁੰਦਾ ਹੈਗਾ, ਸਿਰਫ ਜਜ਼ਬਾ ਅਤੇ ਜਨੂੰਨ ਹੋਣਾ ਚਾਹੀਦਾ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਡੌਗ ਸ਼ੋਜ਼ ਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਮੇਲ ਡੌਗ ਲੈ ਕੇ ਆਉਂਦੇ ਆ, ਅਤੇ ਇਸ ਵਕਤ ਤੁਸੀਂ ਜੋ ਦੇਖ ਰਹੇ ਹੈਗੇ ਹੋ ਇਹਨਾਂ ਨੂੰ ਫੀਮੇਲ ਲੈ ਕੇ ਆਏ ਹੈਗੇ ਆ, ਅਤੇ ਵਾਕਈ ਇੱਥੇ ਡਿਫਰੈਂਟ ਡਿਫਰੈਂਟ ਬਰੀਡਸ ਦੇ ਤੁਹਾਨੂੰ ਡੌਗ ਦੇਖਣ ਨੂੰ ਮਿਲਣਗੇ, ਤੁਸੀਂ ਸਾਡੇ ਨਾਲ ਬਣੇ ਰਹੋ। ਇਹ ਹੁਣ ਤੱਕ 4-5 ਸ਼ੋਅ ਜਿੱਤ ਗਿਆ ਜੀ। ਜੀ ਹਾਂ ਜੀ। ਤੇ ਤੁਸੀਂ ਕਿੱਥੋਂ ਆਏ ਹੈਗੇ ਹੋ ਜੀ? ਮੇਰੀ ਲੋਕੇਸ਼ਨ ਮਲੋਹ ਆ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਸਮਰਾਲਾ ਸਿਟੀ ਤੋਂ ਆਏ ਹਾਂ ਜੀ। ਜੀ ਵੀਰ ਜੀ, ਤੁਹਾਡੇ ਕਿਹੜੀ ਬਰੀਡ ਦੇ ਕੁੱਤੇ ਹੈਗੇ ਆ ਜੀ? ਅਮਰੀਕਨ ਬੁਲੀ ਦੇ ਨੇ ਦੋ, ਬਾਕੀ ਇੱਕ ਗੋਲਡਨ ਰਿਟਰੀਵਰ ਰਿੰਗ 'ਚ ਕੰਪੀਟ ਕਰ ਰਹੇ ਆ ਜੀ। ਜੀ ਜਿਵੇਂ ਤੁਸੀਂ ਦੱਸਿਆ ਕਿ ਅਮਰੀਕਨ ਬੁਲੀ ਹੈਗੀ ਹੈ, ਕਿਹਾ ਜਾਂਦਾ ਕਿ ਖਤਰਨਾਕ ਕੁੱਤੇ ਹੁੰਦੇ ਆ, ਤੁਹਾਨੂੰ ਡਰ ਨਹੀਂ ਲੱਗਦਾ ਜੀ ਇਹਨਾਂ ਨੂੰ? ਉਹ ਪਿੱਟ ਬੁੱਲ ਹੁੰਦੇ ਨੇ ਜੀ, ਇਹ ਤਾਂ ਪਿੱਟ ਬੁੱਲ, ਤੇ ਇਹਦੇ 'ਚ ਡਿਫਰੈਂਸ ਇਹੀ ਹੁੰਦਾ ਵੀ ਇਹਨਾਂ ਦਾ ਬਿਹੇਵੀਅਰ ਚੇਂਜ ਹੁੰਦਾ ਹੈ, ਇਹ ਲੋਇਲ ਹੁੰਦੇ ਨੇ ਪਿੱਟ ਬੁੱਲ ਦੇ ਕੰਪੀਟ 'ਚ, ਤੇ ਇਹ ਜ਼ਿਆਦਾ ਇੰਨੇ ਬਹੁਤ ਅਗਰੈਸਿਵ ਨਹੀਂ ਹੁੰਦੇ ਹੈਗੇ ਜੀ। ਜੀ ਇਹ ਤੁਸੀਂ ਕਿੱਥੋਂ ਲਈ ਹੈਗੀ ਹੈ ਬਰੀਡ? ਕਿਹੜੇ ਦੇਸ਼ ਦੀ ਹੈਗੀ ਹੈ ਜੀ? ਇਹ ਅਮਰੀਕਨ ਅਮਰੀਕਾ ਦੀ ਬਰੀਡ ਆ ਇਹ ਮੇਨਲੀ, ਵੈਸੇ ਆਪਾਂ ਇੱਥੋਂ ਲੋਕਲੇ ਪਰਚੇਜ਼ ਕੀਤਾ ਜੀ ਪਟਿਆਲਾ ਸਿਟੀ ਤੋਂ। ਤੇ ਇਹਦੇ ਬੱਚੇ ਜਿਹੜੇ ਕਿੰਨੇ ਕੁ ਦੇ ਮਿਲ ਜਾਂਦੇ ਹੈਗੇ ਆ ਇਸ ਬਰੀਡ ਦੇ ਜੀ? ਜਿਵੇਂ ਜੀ ਆਮ ਡੌਗ ਦੇ ਤਾਂ ਮਿਲਦੇ ਨੇ 15-20 ਹਜ਼ਾਰ ਦੇ, ਜਿਵੇਂ ਹੁਣੇ ਚੈਂਪੀਅਨ ਹੋਏ ਹੋਏ ਨੇ ਡੌਗ, ਇਹਨਾਂ ਦੇ ਲਗਭਗ 30-35 ਹਜ਼ਾਰ ਦੇ ਵਿੱਚ ਇੱਕ ਮੇਲ ਪੱਪ ਮਿਲਦਾ ਆ। ਜੀ ਤੇ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਡੌਗ ਸ਼ੋਜ਼ ਦੇ ਵਿੱਚ ਜਾ ਚੁੱਕੇ ਹੋ ਜੀ? ਅਸੀਂ ਅੱਜ ਤੋਂ ਪਟਿਆਲਾ ਸ਼ੋਅ ਦੇ ਵਿੱਚ 2 ਵਾਰ ਇਹ ਚੈਂਪੀਅਨ ਰਹੇ ਹੋਏ ਨੇ, ਰਿੰਗ ਚੈਂਪੀਅਨ ਤੇ ਸ਼ੋਅ ਚੈਂਪੀਅਨ ਹੋਏ ਹੋਏ ਨੇ, ਜ਼ਿਆਦਾਤਰ ਧੂਰੀ ਉੱਥੇ ਵੀ ਚੈਂਪੀਅਨ ਹੋਏ ਹੋਏ ਨੇ, ਤੇ ਸਨੌਰ ਕਾਫੀ ਸ਼ੋਅ ਹੋਏ ਨੇ, 8 ਸ਼ੋਅ ਚੈਂਪੀਅਨ ਹੈ ਜੀ ਇਹ। ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਨੇ 8 ਸ਼ੋਅ ਦੇ ਵਿੱਚ ਜਿਹੜਾ ਚੈਂਪੀਅਨਸ਼ਿਪ ਨੂੰ ਹਾਸਲ ਕੀਤਾ ਹੈਗਾ ਆ ਜੀ, ਤੇ ਕੋਈ ਵਿਸ਼ੇਸ਼ ਤਰ੍ਹਾਂ ਨਾਲ ਇਹਨਾਂ ਨੂੰ ਟ੍ਰੇਨ ਕਰਦੇ ਹੈਗੇ ਤੁਸੀਂ ਜੀ? ਕਿਉਂਕਿ ਇਹਨਾਂ ਨੂੰ ਸੰਭਾਲਣਾ ਬਹੁਤ ਔਖਾ ਹੋ ਸਕਦਾ ਆ। ਟ੍ਰੇਨਡ ਇੱਦਾਂ ਹੀ, ਬਾਕੀ ਮੇਨਲੀ ਤਾਂ ਡਿਪੈਂਡ ਤਾਂ ਸਾਰਾ ਡਾਈਟ 'ਤੇ ਹੁੰਦਾ ਆ, ਕਿਉਂਕਿ ਆਪਾਂ ਚੰਗੀ ਤਰ੍ਹਾਂ ਦਾ ਫੂਡ ਪਾਉਂਦੇ ਹਾਂ, A to Z ਜਿਵੇਂ ਘਰ ਦਾ ਦਹੀਂ ਜਾਂ ਘਿਓ ਸਾਰਾ ਕੁਝ, ਜਾਂ ਫੀਡ ਵੀ ਆਪਾਂ ਆਈ ਨਹੀਂ ਵੀ ਇਹਨਾਂ ਨੂੰ 200 ਰੁਪਏ ਕਿਲੋ ਵਾਲੀ ਪਾਤੀ, ਮੇਨਲੀ 1500 ਤੋਂ 2000 ਰੁਪਏ ਕਿਲੋ ਆਉਂਦੀ ਹੈ ਜਿਹੜੀ, ਉਹੀ ਫੀਡ ਪੈਂਦੀ ਹੈ ਜੀ, ਤਾਂ ਕਰਕੇ ਜਿੱਤਦੇ ਨੇ ਡੌਗ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਤੁਸੀਂ ਕਿੱਥੋਂ ਆਏ ਹੋ ਜੀ? ਸਾਡਾ ਪਿੰਡ ਬਰਮਪੁਰ, ਡਿਸਟ੍ਰਿਕਟ ਲੁਧਿਆਣਾ, ਤਹਿਸੀਲ ਰਾਏਕੋਟ ਜੀ। ਜੀ ਤੁਹਾਡੇ ਕੋਲ ਕਿਹੜੀ ਬਰੀਡ ਦੇ ਡੌਗਸ ਹੈਗੇ ਆ ਜੀ? ਸਾਡੇ ਕੋਲ ਇੰਗਲਿਸ਼ ਬੁਲਡੌਗ, ਫ੍ਰੈਂਚ ਬੁਲਡੌਗ ਤੇ ਚੌਚੌਸ ਤੇ ਸਿਟਜੂਜ ਹੁੰਦੇ ਆ ਜੀ। ਜੀ ਤੇ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਇਹ ਜਿਹੜੇ ਤੁਹਾਡੇ ਕੋਲ ਡੌਗਸ ਹੈਗੇ ਆ, ਫੋਰਨ ਦੀਆਂ ਬਰੀਡਸ ਹੈਗੀਆਂ ਆ, ਤੇ ਇਹਨਾਂ 'ਚ ਬਹੁਤ ਸਾਰੀਆਂ ਨੂੰ ਖਤਰਨਾਕ ਵੀ ਮੰਨਿਆ ਜਾਂਦਾ, ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਜੀ? ਨਹੀਂ ਇਹ ਬਿਲਕੁਲ ਖਤਰਨਾਕ ਨਹੀਂ, ਇਹ ਟੋਏ ਬਰੀਡ ਹੈ, ਬੱਚਿਆਂ ਦੇ ਵਿੱਚ ਰਹਿਣ ਵਾਲੀ ਹੈ ਜੀ। ਜੀ ਹਾਂਜੀ। ਤੇ ਇੱਕ ਦੱਸੋ ਸਾਨੂੰ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇਹਨਾਂ ਨੂੰ ਬਾਹਰ ਤੋਂ ਮੰਗਵਾਉਂਦੇ ਹੈਗੇ ਹੋ, ਇਹ ਡੌਗ ਨੂੰ ਤੁਸੀਂ ਕਿੱਥੋਂ ਮੰਗਵਾਇਆ ਸੀਗਾ ਜੀ? ਇਹ ਫਾਦਰ ਮੰਗਵਾਇਆ ਸੀ, ਸਾਡੇ ਫਰੈਂਡ ਨੇ ਜੀ ਥਾਈਲੈਂਡ ਤੋਂ। ਜੀ ਤੇ ਇਹਨਾਂ ਨੂੰ ਕੋਈ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈਗਾ ਆ ਜੀ? ਨਹੀਂ ਇਹਨਾਂ ਨਹੀਂ ਰੱਖਣਾ ਪੈਂਦਾ, ਜਿੱਦਾਂ ਸਾਨੂੰ ਡੇਲੀ ਹੈਬਿਟ ਪੈ ਗਈ, ਸਾਨੂੰ ਇਹਨਾਂ ਨਹੀਂ ਲੱਗਦਾ ਵੀ ਕੋਈ ਖਾਸ ਧਿਆਨ ਰੱਖਣਾ, ਜਿੱਦਾਂ ਆਪਾਂ ਵੈਸੇ ਕੁੱਤੇ ਰੱਖਦੇ ਉਦਾਂ ਹੀ ਰੱਖਿਆ ਜਾਂਦਾ ਜੀ। ਜੀ ਤੇ ਜੇਕਰ ਤੁਹਾਡੇ ਤੋਂ ਕਿਸੇ ਨੇ ਕੁੱਤੇ ਨੂੰ ਖਰੀਦਣਾ ਹੋਵੇ ਤਾਂ ਉਹ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ? ਮੋਬਾਈਲ ਨੰਬਰ ਹੈ 9919-1494 ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਕਿਹੜੀ ਬਰੀਡ ਦੇ ਡੌਗ ਹੈਗੇ ਆ ਜੀ? ਇਹ ਕੋਕਰ ਸਪੈਨੀਅਲ ਹੈ ਜੀ। ਜੀ ਇਹ ਕਿਹੜੀ ਕੰਟਰੀ ਦੀ ਬਰੀਡ ਹੈਗੀ ਹੈ ਜੀ? ਇਹ ਅਮਰੀਕਾ ਦੀ ਹੁੰਦੀ ਹੈ, ਥਾਈਲੈਂਡ ਦੀ ਆ। ਜੀ ਤੇ ਤੁਸੀਂ ਜਿਵੇਂ ਇਹਨਾਂ ਨੂੰ ਰੱਖਿਆ ਹੈਗਾ ਆ, ਕਿਸ ਤਰੀਕੇ ਨਾਲ ਇਹਨਾਂ ਦੀ ਦੇਖਭਾਲ ਕਰਦੇ ਹੈਗੇ ਹੋ ਜੀ? ਦੇਖਭਾਲ ਮੈਮ ਇੱਦਾਂ ਹੀ ਹੈ ਕਿ ਬਸ ਇਹਨਾਂ ਟਾਈਮ ਟੂ ਟਾਈਮ ਕੌਮ ਵਗੈਰਾ ਕਰਨਾ ਪੈਂਦਾ,
ਅਤੇ ਬਸ ਇਹੀ ਹੁੰਦਾ ਕਿ ਮੇਨ ਇਹਨਾਂ ਦੇ ਜਿਹੜੇ ਹੇਅਰ ਨੇ ਉਹਨਾਂ ਨੂੰ ਸੰਭਾਲਣਾ ਹੁੰਦਾ, ਬਾਕੀ ਜੋ ਆਮ ਡੋਗ ਦੀ ਕੇਅਰ ਆ ਉੱਦਾਂ ਹੀ ਆ, ਬਸ ਇਹਦੇ ਥੋੜ੍ਹਾ ਐਕਸਟਰਾ ਹੀ ਹੈ ਕਿ ਕੇਅਰ ਇਹਦੀ ਹੇਅਰ ਦੀ ਹੈ, ਬਸ ਹੋਰ ਕੁਛ ਨਹੀਂ ਜੀ। ਅਤੇ ਵੀਰ ਜੀ, ਜਿਵੇਂ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਡੋਗ ਸ਼ੋਅਜ਼ ਦੇ ਵਿੱਚ ਇਹਨਾਂ ਨੂੰ ਲਿਜਾ ਚੁੱਕੇ ਹੋ ਜੀ? ਮੈਂ 2015 ਤੋਂ ਸ਼ੋਅ ਹੁੰਦੇ ਆ ਰਹੇ ਨੇ ਜੀ, ਆਲ ਇੰਡੀਆ ਸ਼ੋਅ ਕਰਿਆ ਇਹਨਾਂ ਨੂੰ। ਅਤੇ ਇਹਨਾਂ ਦੀ ਕਿੰਨੀ ਕੁ ਕੋਸਟ ਹੁੰਦੀ ਹੈਗੀ ਵੀਰ ਜੀ, ਥੋੜ੍ਹਾ ਜਿਹਾ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਮੈਮ ਕੋਸਟ ਜੇ ਆਪਾਂ ਦੇਖੀਏ ਥੋੜ੍ਹਾ ਰੇਅਰ ਹੁੰਦਾ ਹੈ, ਇਹ ਅਮੈਰੀਕਨ ਕੋਕਰ ਸਪੈਨੀਅਲ ਆ, ਉਹ ਇੰਗਲਿਸ਼ ਕੋਕਰ ਸਪੈਨੀਅਲ ਆ। ਇਹਦਾ ਜੋ ਪ੍ਰਾਈਜ਼ ਆ ਉਹ 1 ਲੱਖ ਰੁਪਏ ਦੇ ਆਸ ਪਾਸ ਚਲਿਆ ਜਾਂਦਾ ਜੀ, ਅਤੇ ਇਹਦਾ ਚਲਿਆ ਜਾਂਦਾ 30,000 ਦੇ ਆਸ ਪਾਸ। ਅਤੇ ਲੋਕ ਖਰੀਦਦੇ ਹੈਗੇ ਆ ਜੀ ਇੰਨੇ ਮਹਿੰਗੇ ਕੁੱਤਿਆਂ ਨੂੰ? ਹਾਂਜੀ ਮੈਮ ਖਰੀਦਦੇ ਨੇ, ਅਸੀਂ ਵੀ ਖਰੀਦਦੇ ਹਾਂ, ਬਾਕੀ ਵੀ ਖਰੀਦਦੇ ਨੇ। ਯਾਨੀ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਹਰੇਕ ਇਨਸਾਨ ਸ਼ੌਂਕ ਲਈ ਕੁਛ ਵੀ ਕਰ ਸਕਦਾ? ਸ਼ੌਂਕ ਦਾ ਕੋਈ ਮੁੱਲ ਨਹੀਂ ਹੈ, ਮੇਰੇ ਕੋਲ ਮਤਲਬ ਲੋਕ ਆਉਂਦੇ ਨੇ ਕਾਫੀ ਕੋਲਸ ਵਗੈਰਾ ਆਉਂਦੀ ਤਾਂ ਉਹ ਕਹਿੰਦੇ ਵੀ ਸਾਨੂੰ ਡੋਗ ਚਾਹੀਦਾ ਜੋ ਸ਼ੋਅ ਦੇ ਲਾਇਕ ਹੋਵੇ, ਅੱਛਾ ਹੋਵੇ, ਜਿਵੇਂ ਮੇਰਾ ਇਹ ਡੋਗ ਆ, ਵੀ ਪੈਸੇ ਦੀ ਕੋਈ ਦਿੱਕਤ ਨਹੀਂ ਆ, ਅਤੇ ਮਤਲਬ ਹੈ ਦੁਨੀਆਂ 'ਤੇ ਬਹੁਤ ਸ਼ੌਂਕੀ ਬੰਦੇ ਬੈਠੇ, ਐਸੀ ਕੋਈ ਗੱਲ ਨਹੀਂ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਯਾ ਸਤਿ ਸ਼੍ਰੀ ਅਕਾਲ ਵੀਰ ਜੀ, ਕਿਹੜੀ ਬਰੀਡ ਹੈਗੀ ਹੈ ਜੀ? ਇਹ ਸੇਂਟ ਬਰਨਾਰਡ ਹੈਗਾ ਜੀ, ਬੇਸਿਕਲੀ ਸਵਿਟਜ਼ਰਲੈਂਡ ਦੀ ਬਰੀਡ ਹੈਗੀ ਹੈ, ਇਹਦਾ ਨਾਮ ਹੈ ਗੱਬਰ ਜੀ। ਤੇ ਕਿੰਨੇ ਕੁ ਸਾਲ ਦਾ ਇਹ ਹੈਗਾ ਤੇ ਕਿੰਨੀ ਕੁ ਇਹਦੀ ਉਮਰ ਹੈ ਜੀ? ਇਹ 1.5 ਸਾਲ ਦਾ ਜੀ ਹਲੇ, ਇਜ਼ ਅ ਮੇਲ, ਤੇ 1.5 ਸਾਲ ਹੋ ਗਿਆ ਇਹਨੂੰ। ਤੁਸੀਂ ਬਿਜ਼ਨਸ ਕਰਦੇ ਹੋ ਜਾਂ ਸ਼ੌਂਕ ਦੇ ਲਈ ਇਸ ਨੂੰ ਰੱਖਿਆ ਹੈ? ਨਹੀਂ ਨਹੀਂ, ਇਟਸ ਮਾਈ ਪਰਸਨਲ ਪੈਟ, ਤੋ ਮੇਰੀ ਹੌਬ ਆਪਣੇ ਘਰ ਲਈ ਰੱਖਿਆ ਹੋਇਆ, ਦੈਟਸ ਇਟ ਜੀ। ਤੇ ਡੌਗ ਸ਼ੋਅਸ ਦੇ ਵਿੱਚ ਤੁਸੀਂ ਇਹਨੂੰ ਹਮੇਸ਼ਾ ਲੈ ਕੇ ਜਾਂਦੇ ਹੋ ਜਾਂ ਪਹਿਲੀ ਵਾਰੀ ਲੈ ਕੇ? ਫਸਟ ਐਕਸਪੀਰੀਅੰਸ ਹੈ ਇਹਦਾ ਵੀ, ਥੋੜ੍ਹੀ ਜਿਹੀ ਇਹਨੂੰ ਵੀ ਐਂਗਜ਼ਾਇਟੀ ਹੋਈ ਹੋਈ ਹੈ, ਮੈਂ ਆਈ ਬ੍ਰੌਟ ਹਿਮ ਅਤੇ ਮੈਂ ਕਿਹਾ ਇਹਨੂੰ ਵੀ ਥੋੜ੍ਹਾ ਐਕਸਪੀਰੀਅੰਸ ਕਰੇਗਾ, ਆਈ ਆਲਸੋ ਲਰਨ ਫਰੋਮ ਅਦਰਸ, ਤਾਂ ਮੈਂ ਇਹਨੂੰ ਲੈ ਕੇ ਆਇਆ। ਅਤੇ ਕਿੱਦਾਂ ਦਾ ਤੁਹਾਨੂੰ ਲੱਗਿਆ ਹੈਗਾ ਫਸਟ ਟਾਈਮ ਤੁਸੀਂ ਡੌਗ ਸ਼ੋਅ ਦੇ ਵਿੱਚ ਆਏ ਹੈਗੇ ਹੋ ਜੀ? ਇਹ ਬਹੁਤ ਹੀ ਅੱਛਾ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੀ ਐਫਰਟ ਹੈਗਾ, ਆਲ ਦਾ ਡੌਗ ਲਵਰਸ ਜਿਹੜੇ ਹੈਗੇ ਆ ਇੱਕ ਪਲੇਟਫਾਰਮ 'ਤੇ ਆ ਰਹੇ ਆ, ਅਤੇ ਜਿਹੜੇ ਡੌਗ ਲਵਰਸ ਹੈ ਉਹ ਵੀ ਸਾਰੀ ਬਰੀਡਸ ਔਰ ਸਾਰਾ ਕੁਛ ਇਕੱਠਾ ਐਕਸਪੀਰੀਅੰਸ ਕਰ ਸਕਦੇ ਹੈਗੇ ਆ, ਐਂਡ ਹੋਣਾ ਚਾਹੀਦਾ ਜੀ ਰੈਗੂਲਰ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਕਿਹੜੀ ਬਰੀਡ ਹੈ ਜੀ? ਇਹ ਹਸਕੀ ਹੈ, ਸਾਈਬੇਰੀਅਨ ਹਸਕੀ ਜੀ। ਤੇ ਵੀਰ ਜੀ ਤੁਸੀਂ ਕਿੱਥੋਂ ਲਿਆ ਸੀਗਾ ਜੀ, ਮਤਲਬ ਕਿ ਇੰਪੋਰਟ ਹੈਗਾ ਹੈ ਵੀ? ਨਹੀਂ, ਇਹ ਇੰਡੀਆ ਦੀ, ਇੱਥੋਂ ਹੀ ਲਿੱਤਾ, ਲੁਧਿਆਣੇ ਤੋਂ ਲਿੱਤਾ ਸੀਗਾ ਜੀ। ਤੇ ਕਿੰਨੀ ਕੁ ਕੀਮਤ ਹੈਗੀ ਇਸ ਡੌਗ ਦੀ ਜੀ? ਇਹ 40,000 ਦਾ ਲਿੱਤਾ ਸੀ ਮੈਡਮ ਜੀ। ਤੇ ਹੁਣ ਤੱਕ ਤੁਸੀਂ ਇਹਨਾਂ ਨੂੰ ਸ਼ੋਅਜ਼ ਦੇ ਵਿੱਚ ਲਿਜਾ ਚੁੱਕੇ ਹੋ, ਕਿਹੜੇ ਕਿਹੜੇ ਸ਼ੋਅਜ਼ ਦੇ ਵਿੱਚ? ਮੈਂ ਫਸਟ ਟਾਈਮ ਆਇਆ ਇੱਥੇ, ਫਸਟ ਟਾਈਮ ਸ਼ੋਅ 'ਚ ਲੈ ਕੇ ਆਇਆ ਨਾ। ਜਿਵੇਂ ਤੁਸੀਂ ਦੱਸਿਆ ਤੁਸੀਂ ਪਹਿਲੀ ਵਾਰੀ ਸ਼ੋਅ ਦੇ ਵਿੱਚ ਆਏ ਹੈਗੇ ਹੋ, ਤਾਂ ਕਿਹੋ ਜਿਹਾ ਤੁਹਾਡਾ ਅਨੁਭਵ ਰਿਹਾ ਹੈ ਜੀ? ਨਹੀਂ ਮੈਂ ਜਿਵੇਂ ਹੁਣ ਹੀ ਆਇਆ, ਬਸ ਕਿ ਵਧੀਆ ਦੇਖਣ ਨੂੰ ਵਧੀਆ ਲੱਗ ਰਿਹਾ ਸ਼ੋਅ, ਪਹਿਲੀ ਵਾਰੀ ਆਇਆ ਮੈਂ ਇੱਦਾਂ ਲੁਧਿਆਣੇ ਤੋਂ ਹਾਂ, ਬਟ ਮੈਂ ਪਹਿਲੀ ਵਾਰੀ ਸ਼ੋਅ 'ਚ ਆਇਆ ਵਾਂ, ਦੇਖਦੇ ਹਾਂ ਹੁਣ ਕੀ ਬਣਦਾ, ਜਿਸ ਮੈਂ ਹੁਣੀ 10 ਮਿੰਟ ਹੋਏ ਮੈਨੂੰ ਆਏ ਨੂੰ ਬਸ ਜੀ। ਅਤੇ ਤੁਸੀਂ ਜਿਹੜਾ ਸ਼ੌਂਕ ਦੇ ਲਈ ਕੁੱਤਾ ਖਰੀਦਿਆ ਸੀਗਾ? ਹਾਂਜੀ ਹਾਂਜੀ, ਮੇਰੇ ਕੋਲ ਦੂਜਾ ਕੁੱਤਾ ਵੀ ਹੈਗਾ, ਮੇਰੇ ਕੋਲ ਦੋ ਹੈ, ਮੈਨੂੰ ਕੁੱਤਿਆਂ ਦਾ ਬਹੁਤ ਸ਼ੌਂਕ ਹੈ ਸ਼ੁਰੂ ਤੋਂ ਹੀ, ਤਾਂ ਕਰਕੇ।